सिद्धू मूसेवाला कतल मामले दे विच कई वड्डे खुलासे होए ने। दस्या जा रहा है कि खुलासे लॉरेंस बिश्नोई दे पांजे सचिन बिश्नोई दे वल्लों कीते गए ने, जिसनू पुलिस रिमांड से रख्या होया सी मानसा दे विच, पुलिस कस्टडी दे विच सीगा। उस तो बाद हुण उसनू न्यायिक हिरासत दे विच भेज दिता गया। तो दस्या जा रहा है कि पुलिस की पुछगिछ दे विच उसदे वल्लों सिद्धू मूसेवाला कतल मामले नू लैके कई अहम खुलासे कीते गए ने, जिस दे विच उसदे वल्लों जानकारी दिंदियां दस्या गया है कि पुछगिछ दे विच खुलासा करदियां उसदे वल्लों दस्या गया है कि सिद्धू मूसेवाला नू एक कबड्डी कप दे विच ना जाण दे लई कहा सी, पर उस कबड्डी कप दे विच गया, जिस तों बाद गैंगस्टर लॉरेंस बिश्नोई दी सिद्धू मूसेवाला दे नाल फोन दे उपर गलबात हुंदी है। जिस तों बाद दस्या जा रहा है कि दोहां विचाले काफी गाली गलोज हुंदा है, जिस तों बाद गैंगस्टर गोल्डी बराड़ जो कि विदेश दे विच बैठा होया उसदे वल्लों सिद्धू मूसेवाला नू कॉल कीती जांदी है। जिस तों बाद दस्या जा रहा है कि सिद्धू मूसेवाला दे वल्लों उदों गोल्डी बराड़ नू कहा गया कि उह जो मर्जी जो करना है कर सकदे ने, उह अपने मर्जी दे मालक ने। जिस तों बाद दस्या जा रहा है कि अगस्त 2021 तों ही सिद्धू मूसेवाला नू मारन दी प्लानिंग शुरू हो चुकी सी। दस दईए कि पुछगिछ दे विच सचिन बिश्नोई दे वल्लों खुलासा किया गया कि इस दौरान उसदे वल्लों दस्या गया कि अगस्त 2021 दे विच ओह ते लॉरेंस बिश्नोई अजमेर जेल दे विच बंद सी, ते उन्हां नूं पता लग गया कि सिद्धू मूसेवाला दा कतल होवेगा। यानी कि अगस्त 2021 तों ही सिद्धू मूसेवाला नूं मारन दी प्लानिंग शुरू कर दित्ती सी, ते उसदे वल्लों कहा गया कि क्यों मारिया गया इस संबंधी भी उसदे वल्लों पुछगिछ दे विच खुलासा किया गया कि लॉरेंस बिश्नोई ने सिद्धू मूसेवाला नूं ਪਾਗੋ ਮਾਜਰਾ ਦੇ ਵਿੱਚ ਹੋਣ ਵਾਲੇ ਕਬੱਡੀ ਕੱਪ ਦੇ ਵਿੱਚ ਨਾ ਜਾਣ ਦੇ ਲਈ ਕਿਹਾ ਸੀ, ਕਿਉਂਕਿ ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ, ਉਹ ਸਾਡਾ ਦੁਸ਼ਮਣ ਗੈਂਗ ਹੈ। ਪਰ ਲਾਰੈਂਸ ਦੇ ਕਹਿਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਥੇ ਚਲਾ ਗਿਆ, ਜਿਸ ਤੋਂ ਬਾਅਦ ਸਾਰੀ ਪਲੈਨਿੰਗ ਉਹਨਾਂ ਦੇ ਵੱਲੋਂ ਕੀਤੀ ਗਈ। ਦੱਸ ਦਈਏ ਕਿ ਬੰਬੀਹਾ ਗੈਂਗ ਲਾਰੈਂਸ ਗੈਂਗ ਦਾ ਕੱਟੜ ਦੁਸ਼ਮਣ ਗੈਂਗ ਦੱਸਿਆ ਜਾਂਦਾ। ਦੱਸ ਦਈਏ ਕਿ ਪੁੱਛਗਿਛ ਦੇ ਵਿੱਚ ਉਸਦੇ ਵੱਲੋਂ ਦੱਸਿਆ ਗਿਆ ਕਿ ਉਸਦੇ ਕੱਟੜ ਦੁਸ਼ਮਣ ਗੈਂਗ ਬੰਬੀਹਾ ਗਰੁੱਪ ਦੇ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਸੀ ਭਾਗੋ ਮਾਜਰਾ ਦੇ ਵਿੱਚ, ਜਿਸ ਦੇ ਕਾਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਉੱਥੇ ਜਾ ਕੇ ਪਰਫਾਰਮ ਨਾ ਕਰਨ ਦੇ ਲਈ ਕਿਹਾ ਸੀ, ਪਰ ਸਿੱਧੂ ਮੂਸੇਵਾਲਾ ਦੇ ਵੱਲੋਂ ਇਸ ਦੇ ਬਾਵਜੂਦ ਉਸਦੇ ਵਿੱਚ ਪਰਫਾਰਮ ਕੀਤਾ ਗਿਆ, ਜਿਸ ਦੇ ਕਾਰਨ ਉਸਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁੱਛਗਿੱਛ ਦੇ ਵਿੱਚ ਉਸਦੇ ਵੱਲੋਂ ਦੱਸਿਆ ਗਿਆ ਕਿ ਤੇ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਨੇ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਸੀ, ਫੋਨ ਕਰਕੇ ਪੁੱਛਿਆ ਸੀ ਕਿ ਰੋਕਣ ਦੇ ਬਾਵਜੂਦ ਉਹ ਉਸ ਕਬੱਡੀ ਕੱਪ ਦੇ ਵਿੱਚ ਕਿਉਂ ਗਿਆ, ਉਸ ਕਬੱਡੀ ਕੱਪ ਦੇ ਵਿੱਚ ਪਰਫਾਰਮ ਕਿਉਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਵੱਲੋਂ ਇਸ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਗਾਲੀ ਗਲੋਚ ਕੀਤਾ ਗਿਆ, ਤੇ ਜਿਸਦਾ ਜਵਾਬ ਉਸਨੂੰ ਵੀ ਗਾਲੀ ਗਲੋਚ ਦੇ ਵਿੱਚ ਹੀ ਮਿਲਿਆ। ਕਾਫੀ ਗਾਲੀ ਗਲੋਚ ਉਹਨਾਂ ਦਾ ਉਸ ਫੋਨ ਕਾਲ ਦੇ ਦੌਰਾਨ ਹੁੰਦਾ ਹੈ। ਅਜਿਹਾ ਖੁਲਾਸਾ ਜਿਹੜਾ ਸਚਿਨ ਬਿਸ਼ਨੋਈ ਦੇ ਵੱਲੋਂ ਕੀਤਾ ਜਾ ਰਿਹਾ, ਇਸ ਦੇ ਨਾਲ ਹੀ ਉਸਦੇ ਵੱਲੋਂ ਕਿਹਾ ਗਿਆ ਕਿ ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੈਂਗਸਟਰ ਗੋਲਡੀ ਬਰਾੜ ਜੋ ਕਿ ਵਿਦੇਸ਼ ਦੇ ਵਿੱਚ ਬੈਠਾ ਹੋਇਆ, ਵਿਦੇਸ਼ ਦੇ ਵਿੱਚ ਲੁਕ ਕੇ ਬੈਠਾ, ਉਸਨੂੰ ਸ਼ਿਕਾਇਤ ਕੀਤੀ ਸੀ ਇਸਦੀ, ਜਿਸ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਹਦਾ ਕਹਿਣਾ ਹੈ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਤੇ ਪੁੱਛਿਆ ਸੀ ਕਿ ਉਹ ਇਨਕਾਰ ਕਰਨ ਦੇ ਬਾਵਜੂਦ ਕਬੱਡੀ ਕੱਪ ਦੇ ਵਿੱਚ ਕਿਉਂ ਗਿਆ, ਤਾਂ ਮੂਸੇਵਾਲਾ ਨੇ ਕਿਹਾ ਕਿ ਉਹਨਾਂ ਨੇ ਕੋਈ ਹੋਰ ਗੱਲ ਕਰਨੀ ਹੈ ਤਾਂ ਕਰ ਸਕਦੇ ਨੇ, ਨਹੀਂ ਤਾਂ ਉਹ ਜੋ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ, ਮੈਂ ਜਿੱਥੇ ਮਰਜ਼ੀ ਜਾ ਸਕਦਾ। ਤਾਂ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਕੀਤੀ ਜਾਂਦੀ ਹੈ। ਦੱਸ ਦਈਏ ਕਿ 29 ਮਈ 2022 ਨੂੰ ਪਿੰਡ ਜਵਾਰਕੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਤੇ ਮਾਸਟਰ ਮਾਈਂਡ ਇਸ ਕਤਲ ਕੇਸ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੈਂਗਸਟਰ ਗੋਲਡੀ ਬਰਾੜ ਦੱਸੇ ਜਾਂਦੇ ਨੇ। ਦੱਸਦੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਜੇਲ੍ਹ ਦੇ ਵਿੱਚ ਨੇ, ਉੱਥੇ ਦੱਸਦੇ ਕਿ ਗੈਂਗਸਟਰ ਗੋਲਡੀ ਬਰਾੜ ਇਸ ਸਮੇਂ ਵਿਦੇਸ਼ ਦੇ ਵਿੱਚ ਲੁਕ ਕੇ ਬੈਠਾ ਹੋਇਆ। ਉੱਥੇ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਸਚਿਨ ਬਿਸ਼ਨੋਈ ਦੇ ਉੱਪਰ ਵੀ ਇਲਜ਼ਾਮ ਲੱਗਦੇ ਆਉਂਦੇ ਨੇ, ਉਹ ਵੀ ਇਸ ਮਾਮਲੇ ਦੇ ਵਿੱਚ ਆਰੋਪੀ ਆ, ਉਹ ਵੀ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ, ਤੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਵਿਦੇਸ਼ ਦੇ ਅਜ਼ਰਬੈਜਾਨ ਤੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵਾਪਸ ਭਾਰਤ ਲਿਆਈ ਸੀ, ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਉਸਦੀ ਰਿਮਾਂਡ ਮਾਨਸਾ ਪੁਲਿਸ ਨੇ ਲਈ ਸੀ, ਤੇ ਮਾਨਸਾ ਪੁਲਿਸ ਦੀ ਰਿਮਾਂਡ ਦੇ ਦੌਰਾਨ ਉਸਦੇ ਵੱਲੋਂ ਇਹ ਸਾਰੀਆਂ ਪੁੱਛਗਿੱਛ ਦੇ ਵਿੱਚ ਖੁਲਾਸੇ ਕੀਤੇ ਗਏ ਨੇ। ਪੁੱਛਗਿੱਛ ਦੇ ਵਿੱਚ ਖੁਲਾਸੇ ਜਿਹੜੇ ਨੇ ਸਚਿਨ ਬਿਸ਼ਨੋਈ ਦੇ ਵੱਲੋਂ ਕੀਤੇ ਨੇ, ਤੇ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਕਈ ਹੋਰ ਖੁਲਾਸੇ ਜਿਹੜੇ ਨੇ ਹੋ ਸਕਦੇ ਨੇ, ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਖੁਲਾਸੇ ਜਿਹੜੇ ਹੈ ਸਚਿਨ ਬਿਸ਼ਨੋਈ ਦੀ ਪੁੱਛਗਿੱਛ ਦੇ ਵਿੱਚ ਕਰ ਸਕਦੀ ਹੈ। ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲੇਟਿਨ।